ਬਣਦਾ ਹੀ ਐ ਹੁਣ ਵਿਆਹ ਨੂੰ ਜਾਣਾ ਇੱਕ ਸੂਟ ਕਿੱਥੇ ਬਾਰ ਬਾਰ ਪਾਲਵਾ ਇੱਕ ਸੂਟ ਨਾਲ ਹੁਣ ਮੈਂ ਦੋ ਵਿਆਹ ਦੇਖ ਲੇ ਹੁਣ ਇੱਕ ਸੂਟ ਤਾਂ ਲੈਣਾ ਬਣਦਾ ਹੀ ਐ ਆਹੋ ਨਹੀਂ ਆਦਮੀ ਤੁਸੀਂ ਕੀ ਕਰਨਾ ਸੂਟ ਤੁਸੀਂ ਕੀ ਕਰਨੇ ਤੁਸੀਂ ਤਾਂ ਦਫ਼ਤਰ ਨੂੰ ਜਾਣਾ ਹੁੰਦਾ ਰੋਜ਼ ਤੁਸੀਂ ਤਾਂ ਕਾਲੇ ਚਿੱਟੇ ਪਾ ਲੋ ਉਹੀ ਤੁਹਾਨੂੰ ਵਧੀਆ ਲੱਗਦੇ ਕੁੜਤਾ ਪਜਾਮਾ ਪਾ ਲੋ ਤੁਸੀਂ ਉਹ ਚ ਵਧੀਆ ਲੱਗਦੇ ਤੁਸੀਂ ਮੇਂ ਦਾ ਤਾਂ ਹੁੰਦਾ ਸਾਡਾ ਜਨਾਨੀਆਂ ਦਾ ਸਾਨੂੰ ਚਾਹੀਦੇ ਹੁੰਦੇ ਕੱਪੜੇ ਹਾਂ ਇੱਕ ਲੈ ਦਿਓ ਬਸ ਮੈਂ ਤਾਂ ਤਾਂ ਹੀ ਜਾਉਂਗੀ ਵਿਆਹ ਨੂੰ ਜੇ ਮੈਨੂੰ ਇੱਕ ਸੂਟ ਲੈ ਦੂਗੇ ਜੇ ਨਹੀਂ ਲੈ ਦਿੱਤਾ ਫਿਰ ਲੈ ਜਾਓ ਆਪਣੇ ਨਿਆਣੇ ਨਾਲ ਆਹੋ ਬਈ ਇੱਕ ਤਾਂ ਬਣਦਾ ਹੀ ਆ ਹੁਣ ਮੈਂ ਕਿੱਦਾਂ ਪਾ ਲਈ ਇੱਕ ਸੂਟ ਕਿੱਦਾਂ ਦੋ ਤਿੰਨ ਵਿਆਹਾਂ ਚ ਕਿੱਦਾਂ ਪਾ ਲਵਾਂ ਉਹਨੂੰ ਤੁਸੀਂ ਖੁਦ ਹੀ ਸੋਚੋ ਆਹੋ ਹਾਂ ਬਸ 2500 ਤੱਕ ਲੈ ਦਿਓ ਬਥੇਰਾ ਏ ਅਗਲੇ ਵਿਆਹ ਚ ਫਿਰ ਦੇਖੂਗਾ ਜਿਹੜਾ ਉਹਦੇ ਹਫ਼ਤੇ ਬਾਅਦ ਚ ਵਿਆਹ ਹੈ ਨਾ ਫਿਰ ਉਹਨੂੰ ਦੇਖ ਲਵਾਂਗੇ ਬਈ ਆ ਫਿਰ ਇਹੀ ਪਾ ਲੂੰਗੀ ਆ ਇੱਕ ਵਿਆਹ ਦੇਖ ਲੂੰਗੀ ਬਾਅਦ ਵਿੱਚ ਤੁਸੀਂ ਪਹਿਲਾਂ ਇਹਦਾ ਸਾਰ ਦੋ ਤੁਹਾਨੂੰ ਪਤਾ ਫਿਰ ਨਾਲ ਦਾ ਫਿਰ ਪਰਸ ਲੈ ਹੋਣਾ ਨਾਲ ਦੀ ਜਵੈਲਰੀ ਲੈ ਹੋਣੀ ਨਾਲ ਦੀ ਜੁੱਤੀ ਲੈ ਹੋਣੀ ਸਭ ਕੁਝ ਲੈ ਹੋਣਾ ਮੇਨ ਕੰਮ ਹੁੰਦਾ ਸੂਟ ਦਾ ਹੈਨਾ ਸੂਟ ਆਊਗਾ ਤਾਂ ਹੀ ਸਾਰਾ ਕੁਝ ਲੈ ਹੋਣਾ ਬਾਅਦ ਵਿੱਚ ਹਾਂ ਤੁਸੀਂ ਇੱਕ ਲੈ ਦੋ ਬਸ ਹਾਂ ਫਿਰ ਅੱਗੇ ਨਹੀਂ ਮੈਂ ਕਹਿੰਦੀ ਇੱਕ ਲੈ ਦੋ ਆਹੋ ਹਾਂ ਤੁਸੀਂ ਆਪ ਨੂੰ ਸਵਾਲਿਓ ਆਪ ਨੂੰ ਕਹਾਂ ਤੁਸੀਂ ਇੱਕ ਚਿੱਟੀ ਸ਼ਰਟ ਸਿਆਣੀ ਤੁਸੀਂ ਕਾਲੀ ਤੁਸੀਂ ਪੈਂਟ ਸਿਆਣੀ ਬਸੋ ਤੁਹਾਨੂੰ ਬਥੇਰੀ ਆ ਹਾਂ ਕੋਈ ਨਹੀਂ ਸਿਆਦੋ ਹਾਂ ਸਿਆਦੋ ਠੀਕ ਹੈ ਠੀਕ ਹੈ ਚਲ ਸਵਾਦੂਗੇ ਨਾ ਫਿਰ ਤਾਂ ਹੀ ਚਲੂਗੀ ਤੁਹਾਡੇ ਨਾਲ ਹਾਂ ਠੀਕ ਹੈ ਹਾਂ ਹੁਣ ਕੋਈ ਨਹੀਂ ਸ਼ਗਨ ਤਾਂ ਉਥੇ ਚਲੋ ਅਸੀਂ ਲਾਣਾ ਹੀ ਐ ਸ਼ਗਨ ਦਾ ਹੁਣ ਉਸ ਸ਼ਗਨ ਵਿੱਚ ਮੇਰੇ ਸੂਟ ਕਿੱਥੇ ਤੇ ਆਕੇ ਹੈ ਸਾਡੇ ਲੁਧਿਆਣੇ ਚ ਐਨਾ ਕਪੜਾ ਸਸਤਾ ਤੁਸੀਂ ਇੱਕ ਸੂਟ ਨਹੀਂ ਲੈ ਸਕਦੇ ਬਸ ਮੈਂ ਤਾਂ ਜੱਦੀ ਵਿਆਹੀ ਵੀਨਾ ਥੋਤੇ ਇਹੀ ਸੁਣੇ ਕਰਦੀ ਕਿ ਤੁਹਾਡੇ ਕੋਲ ਤਾਂ ਕਦੀ ਹੁੰਦੇ ਹੀ ਨਹੀਂ ਪੈਸੇ ਇਹ ਬਟੂਏ ਜਿਹਨੂੰ ਕਰ ਦੋ ਖਾਲੀ ਥੋੜਾ ਜਾਂ ਭਾਰੀ ਹੋਇਆ ਵਾ ਕਰ ਦੋ ਮੜਾ ਜਾਂ ਹਲਕਾ ਹਾਂ ਠੀਕ ਐ ਠੀਕ ਐ ਹਾਂ ਲੈ ਦੋ ਫਿਰ ਮੈਂ ਉਹਦੇ ਬਾਅਦ ਚੋਂ ਆਪਣਾ ਦੇਖਦੀ ਆ ਠੀਕ ਐ